ਬਹੁਤ ਹੀ ਪਿਆਰੇ ਬੱਚਿਓ ਅੱਜ ਆਪਾਂ ਆਧੁਨਿਕ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਪੁਸਤਕ ਦੇ ਵਿੱਚ ਦਰਜ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਉਹ ਪੜਾਂਗੇ ਬੱਚਿਓ ਪਰ ਉਸ ਤੋਂ ਪਹਿਲਾਂ ਆਪਾਂ ਸੁਰਜੀਤ ਪਾਤਰ ਜੀ ਦੀ ਜ਼ਿੰਦਗੀ ਦੇ ਬਾਰੇ ਜ਼ਰੂਰ ਜਾਣਕਾਰੀ ਹਾਸਲ ਕਰਾਂਗੇ ਕਿਉਂਕਿ ਇਹ ਜਾਣਕਾਰੀ ਅੱਗੇ ਤੁਹਾਡੇ ਬਹੁਤ ਕੰਮ ਆਏਗੀ ਬੱਚਿਓ ਸੁਰਜੀਤ ਪਾਤਰ ਜੀ ਦਾ ਜਨਮ ਪਿੰਡ ਪੱਤੜ ਕਲਾ ਜ਼ਿਲ੍ਹਾ ਜਲੰਧਰ ਵਿਖੇ ਸਰਦਾਰ ਹਰਪਜਨ ਸਿੰਘ ਦੇ ਘਰ ਹੋਇਆ ਆਪਨੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਇਮਰੀ ਪਾਸ ਕਰਕੇ ਖਾਲਸਾ ਹਾਈ ਸਕੂਲ ਖੈਰਾ ਮੱਜਾ ਤੋਂ 10ਵੀਂ ਪਾਸ ਕੀਤੀ ਰਣਧੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਪਾਸ ਕੀਤੀ 1969 ਈਸਵੀ ਵਿੱਚ ਆਪ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਅੰਮ੍ਰਿਤਸਰ ਵਿੱਚ ਲੈਕਚਰਰ ਲੱਗ ਗਏ ਲਗਭਗ 2 ਸਾਲ ਬਾਅਦ ਆਪ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਰਿਸਰਚ ਫੈਲੋ ਬਣ ਗਏ। ਸੁਰਜੀਤ ਪਾਤਰ ਜੀ ਦੀ ਪ੍ਰਸਿੱਧੀ ਇੱਕ ਸਫਲ ਗਜ਼ਲਕਾਰ ਦੇ ਤੌਰ ਤੇ ਹੋਈ ਹੈ। ਆਪ ਨੇ ਪੰਜਾਬੀ ਗਜ਼ਲ ਨੂੰ ਬૌਧਿਕ ਤੇ ਯਥਾਰਥਿਕ ਮਾਮਲਿਆਂ ਨਾਲ ਜੋੜ ਕੇ ਇੱਕ ਨਵਾਂ ਮੋੜ ਦੇਣ ਦਾ ਯਤਨ ਕੀਤਾ ਹੈ। ਆਪ ਨੇ ਗਜ਼ਲ ਦੇ ਰੂਪਕ ਪੱਖ ਨਾਲੋਂ ਗਜ਼ਲ ਦੇ ਵਿਸ਼ੇ ਵੱਲ ਵਧੇਰੇ ਧਿਆਨ ਦਿੱਤਾ ਹੈ। ਆਪ ਦੀਆਂ ਕੁਝ ਨਜ਼ਮਾਂ ਹਵਾ ਵਿੱਚ ਲਿਖੇ ਹਰਫ ਗਜ਼ਲ ਸੰਗ੍ਰਹਿ ਤੋਂ ਪਹਿਲਾਂ ਕੋਲਾਜ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ ਹਨ ਇਨ੍ਹਾਂ ਨਜ਼ਮਾਂ ਵਿੱਚ ਆਪ ਨੇ ਸਮਾਜਿਕ ਅਤੇ ਰਾਜਸੀ ਪ੍ਰਬੰਧ ਉੱਤੇ ਤਿੱਖਾ ਵਿਅੰਗ ਕੀਤਾ ਹੈ ਆਪ ਨੇ ਰਾਜਸੀ ਪ੍ਰਬੰਧ ਦੀ ਸਥਾਪਤੀ ਦਾ ਵਿਅੰਗਮਈ ਚਿੱਤਰ ਪੇਸ਼ ਕੀਤਾ ਹੈ surjit patar ਨੇ ਭਾਰਤੀ ਸਾਹਿਤ ਅਕਾਦਮੀ ਅਵਾਰਡ ਭਾਸ਼ਾ ਵਿਭਾਗ ਪੰਜਾਬ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਪੁਰਸਕਾਰ ਤੇ ਪੰਜਾਬੀ ਅਕਾਦਮੀ ਦਿੱਲੀ ਕਬੀਰ ਸਨਮਾਨ ਆਦ ਸਾਹਿਤਿਕ ਮਾਨ ਸਨਮਾਨ ਹਾਸਲ ਕੀਤੇ ਜੋ ਪਾਠ ਪੁਸਤਕ ਹੈ ਉਸ ਵਿੱਚ ਆਪ ਦੀ ਇੱਕ ਗਜ਼ਲ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਸ਼ਾਮਿਲ ਕੀਤੀ ਗਈ ਹੈ ਇਸ ਵਿੱਚ ਸਮਕਾਲੀ ਪ੍ਰਬੰਧ ਉਤੇ ਬਹੁਤ ਵਿਸ਼ਾਵੀ ਵਿਅੰਗ ਕੀਤਾ ਗਿਆ ਹੈ ਬੱਚੋ ਇਹ ਕਵਤਾ ਬਹੁਤ ਸੋਹਣੀ ਗਾਈ ਜਾਂਦੀ ਹੈ ਠੀਕ ਹੈ ਨਾ ਇੱਕ ਜੋ ਚਾਲਕ ਮੈਂ ਤੁਹਾਨੂੰ गा ਕੇ ਦੱਸਾਂਗੀ

गीत दी मौत इस रात जे हो गई मेरा जीना मेरे यार किंज सैन गे कुछ के हाथ इस अदालत च बंदे बिरख हो गए फैसले सुन दिया ਸੁਣਦਿਆਂ ਸੁੱਕ ਗਏ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੂ ਐਨ ਨੂੰ ਜੜੇ ਕਰੀਏ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੁਝ ਕਿਹਾ ਤਾਂ ਇਸ ਤਰ੍ਹਾਂ ਬੱਚੋ ਇਹ ਗਾਇਆ ਜਾਂਦਾ ਹੈ ਔਰ ਤੁਸੀਂ ਆਪਣੇ ਹਿਸਾਬ ਨਾਲ ਵੀ ਇਸ ਨੂੰ ਗਾ ਸਕਦੇ ਹੋ ਬਹੁਤ ਸੋਹਣਾ ਗਾਇਆ ਜਾਂਦਾ ਤੇ ਤੁਸੀਂ ਗਾਇਆ ਕਰੋ ਜਿੰਨੇ ਵੀ ਮੁਕਾਬਲੇ ਹੁੰਦੇ ਨੇ ਉਸ ਵਿੱਚ ਭਾਗ ਲਿਆ ਕਰੋ ਠੀਕ ਹੈ ਬੱਚਿਓ ਤੇ ਚਲੋ ਫਿਰ ਆਪਾਂ ਪ੍ਰਸੰਗ ਕਰਦੇ ਹਾਂ ਇਹ ਕਾਫ ਟੂਟਾ ਆਧੁਨਿਕ ਪੰਜਾਬੀ ਕਾਫ ਚਲਕਾਂ ਤੇ ਇਤਿਹਾਸ ਪੁਸਤਕ ਵਿੱਚ ਦਰਜ ਸੁਰਜੀਤ ਪਾਤਰ ਜੀ ਦੀ ਲਿਖੀ ਹੋਈ ਗਜ਼ਲ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਵਿੱਚੋਂ ਲਿਆ ਗਿਆ ਹੈ ਇਸ ਗਜ਼ਲ ਦੇ ਸ਼ੇਰਾਂ ਵਿੱਚ ਕਵੀ ਨੇ ਵਰਤਮਾਨ ਸਿਆਸੀ ਹਨੇਰ ਗਰਦੀ ਤੇ ਅਨਿਆ ਦੇ ਯੁੱਗ ਵਿੱਚ ਮਨੁੱਖੀ ਬੇਵਸੀ ਅਤੇ ਨਿਰਾਸ਼ਾ ਨੂੰ ਅੰਕਿਤ ਕੀਤਾ ਗਿਆ ਹੈ ਤੇ ਚਲੋ ਫਿਰ ਆਪਾਂ ਵਿਆਖਿਆ ਕਰਦੇ ਹਾਂ ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਉਹ ਕਹਿੰਦੇ ਹਨ ਕਿ ਜੇਕਰ ਮੈਂ ਆਪਣੇ ਗੀਤ ਵਿੱਚ ਸੱਚੀ ਗੱਲ ਕਹੀ ਤਾਂ ਹਨੇਰਾ ਜੋ ਅਗਿਆਨਤਾ ਫੈਲਾਉਣ ਵਾਲੀਆਂ ਸ਼ਕਤੀਆਂ ਹਨ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਪਰ ਜੇਕਰ ਚੁੱਪ ਰਿਹਾ ਤਾਂ ਅਸਲੀਅਤ ਦਾ ਚਾਨਣ ਫੈਲਾਉਣ ਵਾਲੇ ਸ਼ਮਾਦਾਨ ਰੂਪੀ ਵਿਅਕਤੀ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ ਜੇਕਰ ਇਸ ਅਗਿਆਨਤਾ ਦੇ ਹਨੇਰੇ ਦਾ ਪਸਾਰ ਕਰਨ ਵਾਲੀ ਰਾਤ ਵਿੱਚ ਮੇਰੇ ਗੀਤ ਦੀ ਮੌਤ ਹੋ ਗਈ ਅਰਥਾਤ ਉਸ ਨੂੰ ਨਾ ਗਾਇਆ ਗਿਆ ਤਾਂ ਮੇਰੇ ਦੋਸਤ ਮੇਰੀ ਇਸ ਕਮਜ਼ੋਰੀ ਨੂੰ ਸਹਿਣ ਨਹੀਂ ਕਰ ਸਕਣਗੇ ਅਤੇ ਉਹ ਮੈਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖੜੇ ਹੀ ਰਹਿਣਗੇ ਉਹ ਕਹਿੰਦੇ ਹਨ ਕਿ ਮੇਰੇ ਦੇਸ਼ ਵਿੱਚ ਸਿਆਸੀ ਲੋਕਾਂ ਦੀਆਂ ਅਧਿਕਾਰੀਆਂ ਕਾਰਨ ਕਿਸੇ ਨੂੰ ਨਿਆਂ ਨਹੀਂ ਮਿਲਦਾ ਇਸ ਅਦਾਲਤ ਵਿੱਚ ਲੋਕਾਂ ਦੇ ਝਗੜੇ ਲਮਕਾਏ ਜਾਂਦੇ ਹਨ ਇਸ ਦੀ ਅਦਾਲਤ ਵਿੱਚ ਜੋ ਮੇਰੇ ਦੇਸ਼ ਦੀ ਅਦਾਲਤ ਦੇ ਵਿੱਚ ਫੈਸਲਿਆਂ ਨੂੰ ਸੁਣਨ ਦੀ ਉਡੀਕ ਵਿੱਚ ਵਿਰਖਾਂ ਵਾਂਗ ਜੜ ਵਸਤੂ ਬਣ ਕੇ ਲੋਕ ਆਖਰ ਤੱਕ ਕਦੋਂ ਤੱਕ ਸੁੱਕਦੇ ਰਹਿਣਗੇ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਇਹਨਾਂ ਲੋਕਾਂ ਨੂੰ ਕਹੋ ਕਿ ਉਹਨਾਂ ਦੇ ਫੈਸਲੇ ਸੁਣ ਲਈ ਔਰ ਖੜੇ ਰਹਿਣ ਦਾ ਕੋਈ ਫਾਇਦਾ ਨਹੀਂ ਉਹ ਇਨਸਾਫ ਦੀ ਆਸ ਲਾ ਕੇ ਚੁੱਪ ਕਰਕੇ ਆਪਣੇ ਉਜੜੇ ਘਰਾਂ ਨੂੰ ਚਲੇ ਜਾਣ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਉਹ ਕਹਿੰਦੇ ਹਨ ਕਿ ਜੋ ਮੇਰੇ ਯਾਰ ਨੇ ਇਸ ਆਸ ਤੇ ਮਰ ਗਏ ਨੇ ਕਿ ਮੈਂ ਉਹਨਾਂ ਦੇ ਦੁੱਖ ਦਾ ਕੋਈ ਗੀਤ ਬਣਾਵਾਂਗਾ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਵੀ ਨਾ ਕਿਹਾ ਉਹ ਰੂਹਾਂ ਬਣ ਕੇ ਅਸੰਤੁਸ਼ਟ ਹੋ ਕੇ ਸਦਾ ਹੀ ਢਟਕਦੇ ਰਹਿਣਗੇ ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ ਪਰਤਣ ਗਏ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬੈਣਗੇ ਉਹ ਕਹਿੰਦੇ ਹਨ ਜੋ ਵਿਦੇਸ਼ ਦੇ ਵਿੱਚ ਚਲੇ ਗਏ ਰੋਜ਼ੀ ਰੋਟੀ ਕਮਾਉਣ ਵਾਸਤੇ ਵਿਦੇਸ਼ਾਂ ਦੇ ਵਿੱਚ ਗਏ ਨੇ ਜਦੋਂ ਕਦੀ ਉਹ ਆਪਣੇ ਦੇਸ਼ ਨੂੰ ਪਰਤਣਗੇ ਤਾਂ ਕਈਆਂ ਦੇ ਪਰਤਦਿਆਂ ਹੀ ਉਹਨਾਂ ਦੀਆਂ ਮਾਵਾਂ ਸੀਵੇ ਦੇ ਵਿੱਚ ਜਾ ਚੁੱਕੀਆਂ ਹੋਣਗੀਆਂ ਮਤਲਬ ਮੋਹ ਚੁੱਕੀਆਂ ਹੋਣਗੀਆਂ ਮਰ ਚੁੱਕੀਆਂ ਹੋਣਗੀਆਂ ਤੇ ਕਈਆਂ ਦੇ ਮਾਪੇ ਜੋ ਕਬਰਾਂ ਵਿੱਚ ਉੱਗੇ ਰੁੱਖਾਂ ਹੇਠ ਬੈਠ ਕੇ ਨਿਰਾਸ਼ਤਾ ਵਿੱਚ ਡੁੱਬ ਕੇ ਰਹਿ ਜਾਣਗੇ ਉਸ ਤੋਂ ਬਾਅਦ ਕੀ ਇਹ ਇਨਸਾ ਹੌਮੇ ਦੇ ਪੁੱਤ ਕਰਨਗੇ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਉਹ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨ ਲੈਣਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ ਰਾਜ ਬਦਲਣਗੇ ਸੂਰਜ ਚੜਨ ਲੈਣਗੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਠੀਕ ਹੈ ਨਾ ਵੀ ਸਾਡੇ ਦੇਸ਼ ਵਿੱਚ ਹੰਕਾਰੇ ਹੋਏ ਸਿਆਸੀ ਲੀਡਰਾਂ ਤੇ ਜ਼ਬਰ ਜ਼ੁਲਮ ਫੈਲਾ ਕੇ ਖਾਮੋਸ਼ ਪੱਥਰ ਦੇ ਬੁੱਤ ਬਣ ਕੇ ਰਹਿਣ ਵਾਲੇ ਹਾਕਮਾਂ ਤੋਂ ਇਨਸਾਫ ਦੀ ਕੋਈ ਆਸ ਨਹੀਂ ਕੀਤੀ ਜਾ ਸਕਦੀ ਇਹਨਾਂ ਦੀਆਂ ਸਿਆਸੀ ਚਾਲਾਂ ਦੇ ਸੀਟੇ ਵਜੋਂ ਫਾਂਸੀ ਉੱਪਰ ਟੰਗੇ ਜਾਣ ਵਾਲੀਆਂ ਜੋ ਰੂਹਾਂ ਹਨ ਜੋ ਲੋਕ ਹਨ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਇਹ ਸਭ ਕੁਝ ਸੋਚ ਸਮਝ ਕੇ ਕੀਤਾ ਜਾ ਰਿਹਾ ਹੈ ਇੱਥੇ ਇਨਸਾਫ ਮਿਲਣ ਦੀ ਆਸ ਉਦੋਂ ਹੀ ਕੀਤੀ ਜਾ ਸਕਦੀ ਹੈ ਜਦੋਂ ਰਾਜ ਬਦਲੇਗਾ ਆਖਰ ਸੂਰਜ ਦੇ ਚੜਨ ਤੇ ਲਹਿਣ ਵਾਂਗ ਰਾਜ ਪਲਟਾ ਅਵਸ਼ਿ ਹੀ ਆ ਜਾਵੇਗਾ ਇਹ ਜੋ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ 'ਚ ਉਕਰੇ ਨੇ ਮਿਟ ਜਾਣਗੇ ਬਲ ਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਹਰਫ਼ ਉਹੀ ਹਮੇਸ਼ਾ ਲਿਖੇ ਰਹਿਣਗੇ ਉਹ ਕਹਿੰਦੇ ਨੇ ਕਿ ਵਰਤਮਾਨ ਸਿਆਸੀ ਪ੍ਰਬੰਧ ਨੇ ਜੋ ਆਪਣੇ ਨਾਵਾਂ ਦੇ ਰੰਗਦਾਰ ਚਿੱਤਰ ਉਲਿਖੇ ਹਨ ਇਹ ਸਭ ਮਿਟ ਜਾਣਗੇ ਇੰਨਾ ਦੁਆਰਾ ਸੰਗਮਰਮਰ ਵਿੱਚ ਉੱਕਰੇ ਆਪਣੇ ਨਾਵਾਂ ਦੇ ਜੋ ਪੱਥਰ ਲਾਏ ਹੋਏ ਹਨ ਇਹ ਕਾਇਮ ਨਹੀਂ ਰਹਿਣਗੇ ਪਰੰਤੂ ਲੋਕ ਆਗੂਆਂ ਨੇ ਲੋਕਾਂ ਦੀ ਅਗਵਾਈ ਕਰਦਿਆਂ ਜੋ ਸ਼ਬਦ ਹਵਾ ਵਿੱਚ ਲਿਖੇ ਹਨ ਹਰਫ ਲਿਖੇ ਹਨ ਉਹ ਸਦਾ ਹੀ ਕਾਇਮ ਰਹਿਣਗੇ ਅਰਥਾਤ ਉਹ ਆਪਣੇ ਲੋਕ ਹਿਤਕਾਰੀ ਕੰਮ ਕਰਕੇ ਸਦਾ ਹੀ ਅਮਰ ਰਹਿਣਗੇ ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ ਏ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਜੇ ਹਵਾ ਏ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ਫਿਰ ਉਹ ਕਹਿੰਦੇ ਨੇ ਅੰਤ ਦੇ ਵਿੱਚ ਕਿ ਸ਼ਾਇਦ ਮੇਰਾ ਵਹਿਮ ਹੈ ਕਿ ਮੇਰੇ ਮਰਨ ਮਗਰੋਂ ਰਾਜ ਪਲਟਾ ਆਉਣ ਤੇ ਮੇਰੀ ਕਬਰ ਉੱਪਰ ਕੋਈ ਦੀਵਾ ਜਗੇਗਾ ਅਰਥਾਤ ਮੇਰੇ ਵਿਚਾਰਾਂ ਦੀ ਕੋਈ ਮਾਨਤਾ ਹੋਵੇਗੀ ਜੇਕਰ ਕਬਰਾਂ ਉੱਪਰ ਇਹੋ ਹੀ ਹਵਾ ਚਲਦੀ ਰਹੀ ਅਰਥਾਤ ਜ਼ਬਰ ਜ਼ੁਲਮ ਤੇ ਅਨਿਆਂ ਇਸ ਤਰ੍ਹਾਂ ਹੀ ਕਾਇਮ ਰਿਹਾ ਤਾਂ ਮੈਨੂੰ ਡਰ ਹੈ ਕਿ ਕਬਰਾਂ ਉੱਪਰ ਕੋਈ ਦੀਵਤਾ ਕੀ ਜਗਣਾ ਕਰਾ ਵਿੱਚ ਵੀ ਦੀਵੇ ਨਹੀਂ ਜਗਣਗੇ ਸੋ ਦੇਖਿਆ ਬੱਚੋ ਕਿੰਨਾ ਸੋਹਣਾ ਲਿਖਿਆ ਉਹਨਾਂ ਨੇ ਬਹੁਤ ਸੋਹਣੀ ਗ਼ਜ਼ਲ ਹੈ ਬੱਚੋ ਸ਼ਮਾਦਾਨ ਆਪਾਂ ਕਿਸ ਨੂੰ ਕਹਿੰਦੇ ਆ ਪ੍ਰਾਚੀਨ ਸਮੇਂ ਤੇਲ ਦੀ ਮਦਦ ਨਾਲ ਰੋਸ਼ਨੀ ਕਰਨ ਦਾ ਸਾਧਨ ਰੋਜੀ ਰੋਟੀ ਖਾਮੋਸ਼ ਚੁੱਪ ਬਿਰਖ ਰੁੱਖ ਇਨਸਾਫ ਨੇਆ ਹਰਫ ਅੱਖਰ ਤੇ ਚਲੋ ਬੱਚਿਓ ਆਪਾਂ ਕੇਂਦਰੀ ਭਾਵ ਕਰੀਏ ਹੁਣ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਕਬਤਾ ਇੱਕ ਗਜ਼ਲ ਹੈ ਜੋ ਕਿ ਸੁਰਜੀਤ ਪਾਤਰ ਦੀ ਰਚਨਾ ਹੈ ਇਸ ਵਿੱਚ ਕਵੀ ਨੇ ਵਰਤਮਾਨ ਸਿਆਸੀ ਹਨੇਰ ਕਰਦੀ ਤੇ ਅਨਿਆਏ ਦੇ ਯੁੱਗ ਵਿੱਚ ਮਨੁੱਖੀ ਬੇਵਸੀ ਅਤੇ ਨਿਰਾਸ਼ਤਾ ਨੂੰ ਅੰਕਿਤ ਕੀਤਾ ਹੈ ਉਹ ਕਹਿੰਦੇ ਹਨ ਕਿ ਜੇਕਰ ਉਹਨਾਂ ਨੇ ਆਪਣੇ ਗੀਤਾਂ ਵਿੱਚ ਸੱਚੀ ਗੱਲ ਕਹੀ ਤਾਂ ਅਗਿਆਨਤਾ ਫੈਲਾਉਣ ਵਾਲੀਆਂ ਸ਼ਕਤੀਆਂ ਇਸ ਨੂੰ ਬਰਦਾਸ਼ਤ ਨਹੀਂ ਕਰਨਗੀਆਂ ਪਰ ਜੇਕਰ ਉਹ ਚੁੱਪ ਹੀ ਰਹੇ ਤਾਂ ਅਸਲੀਅਤ ਦਾ ਚਾਨਣ ਫੈਲਾਉਣ ਵਾਲੇ ਸ਼ਮਾਦਾਨ ਵਿਅਕਤੀ ਉਸ ਨੂੰ ਆਪਣੀ ਆਲੋਚਨਾ ਦਾ ਸ਼ਿਕਾਰ ਬਣਾਉਣਗੇ ਜੇਕਰ ਇਸ ਗਿਆਨਤਾ ਦੇ ਹਨੇਰੇ ਦਾ ਪਸਾਰ ਕਰਨ ਵਾਲੀ ਰਾਤ ਵਿੱਚ ਉਸ ਤੇ ਗੀਤ ਦੀ ਮੌਤ ਹੋ ਗਈ ਤਾਂ ਉਸਦੇ ਦੋਸਤ ਉਸ ਨੂੰ ਮਾੜਾ ਕਹਿਣਗੇ ਤੇ ਕਮਜ਼ੋਰੀ ਨੂੰ ਨਹੀਂ ਚੱਲਣਗੇ ਫਿਰ ਉਹ ਕਹਿੰਦੇ ਨੇ ਕਿ ਅਦਾਲਤਾਂ ਦੇ ਵਿੱਚ ਇਨਸਾਫ ਨਹੀਂ ਹੁੰਦਾ ਲੋਕ ਬਿਰਖਾਂ ਵਾਂਗ ਖੜੇ ਰਹਿੰਦੇ ਹਨ ਤੇ ਇਨਸਾਫ ਨਾ ਮਿਲਣ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ ਤੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਲਗਾਤਾਰ ਮਾਰੇ ਹਨ ਤੇ ਜਦੋਂ ਉਹ ਵਾਪਸ ਆਉਂਦੇ ਹਨ ਤਾਂ ਮਾਪੇ ਕਿਤੇ ਦੂਰ ਜਾ ਚੁੱਕੇ ਹੁੰਦੇ ਹਨ ਮਤਲਬ ਮਰ ਚੁੱਕੇ ਹੁੰਦੇ ਹਨ ਤੇ ਉਹ ਕਹਿੰਦੇ ਹਨ ਕਿ ਜੇਕਰ ਉਹਨਾਂ ਨੇ ਦੋਸਤਾਂ ਦੀਆਂ ਜਿਹੜੀਆਂ ਦੁੱਖ ਕਹਾਣੀਆਂ ਨੇ ਉਹਨਾਂ ਨੂੰ ਨਾ ਗੀਤ ਦੇ ਰੂਪ ਦੇ ਵਿੱਚ ਪੇਸ਼ ਕੀਤਾ ਤਾਂ ਉਹਨਾਂ ਦੇ ਦੋਸਤ ਕੀ ਕਹਿਣਗੇ ਫਿਰ ਇਸ ਤਰ੍ਹਾਂ ਕਹਿ ਸਕ ਕਹਿੰਦੇ ਨੇ ਉਹ ਕਿ ਜੋ ਵੱਡੇ-ਵੱਡੇ ਸਿਆਸੀ ਲੀਡਰ ਨੇ ਉਹਨਾਂ ਦਾ ਜੋ ਜ਼ੁਲਮ ਹੈ ਉਹ ਬਹੁਤ ਵਧਦਾ ਜਾ ਰਿਹਾ ਹੈ ਪਰ ਇਹ ਲਗਾਤਾਰ ਵਧਣਾ ਨੇ ਕਦੇ ਨਾ ਕਦੇ ਰਾਜ ਪਲਟਾ ਜ਼ਰੂਰ ਆਵੇਗਾ ਫਿਰ ਉਹ ਕਹਿੰਦੇ ਨੇ ਵੀ ਇਹ ਉਹਨਾਂ ਦਾ ਵਹਿਮ ਹੈ ਕਿ ਉਹਨਾਂ ਦੇ ਮਰਨ ਮਗਰੋਂ ਰਾਜ ਪਲਟਾ ਆਉਣ ਤੇ ਉਹਨਾਂ ਦੀ ਕਬਰ ਦੇ ਉੱਪਰ ਕੋਈ ਦੀਵਾ ਚਗੇਗਾ ਜੇਕਰ ਜ਼ਬਰ ਜੋ ਜ਼ੁਲਮ ਹੈ ਤੇ ਅਨਿਆਇ ਇਸ ਤਰ੍ਹਾਂ ਹੀ ਕਾਇਮ ਰਿਹਾ ਉਹਨਾਂ ਨੂੰ ਡਰ ਹੈ ਕਿ ਕਬਰਾਂ ਉੱਪਰ ਵੀ ਕੋਈ ਦੀਵਾ ਤਾਂ ਕੀ ਜਗਣਾ ਹੈ ਘਰਾਂ ਵਿੱਚ ਵੀ ਦੀਵੇ ਨਹੀਂ ਜਗਣਗੇ ਮਤਲਬ ਸਾਡੇ ਦੇਸ਼ ਵਿੱਚ ਵਰਤਮਾਨ ਸਿਆਸੀ ਹਨੇਰ ਕਰਦੀ ਤੇ ਅਨਿਆਇ ਭਰੇ ਵਾਤਾਵਰਨ ਵਿੱਚ ਆਮ ਮਨੁੱਖ ਦੀ ਹਾਲਤ ਬੇਵਸੀ ਤੇ ਨਿਰਾਸ਼ਾ ਭਰੀ ਹੋ ਗਈ ਹੈ ਸੱਚਮੁੱਚ ਬੱਚੋ ਤੇ ਚਲੋ ਫਿਰ ਆਪਾਂ ਪ੍ਰਸ਼ਨ ਉੱਤਰ ਕਰੀਏ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਕਿੰਨਾ ਨੇ ਲਿਖਿਆ ਬੱਚੋ ਗਜ਼ਲ ਇਹ ਸੁਰਜੀਤ ਪਾਤਰ ਜੀ ਨੇ ਕਵੀ ਨੇ ਹਨੇਰਾ ਕਿਸ ਨੂੰ ਕਿਹਾ ਹੈ ਸਿਆਸੀ ਹਨੇਰਗਰਤੀ ਨੂੰ ਸਿਆਸੀ ਮਤਲਬ ਰਾਜਨੀਤਿਕ ਕਵੀ ਨੇ ਹਕੀਕਤ ਉਜਾਗਰ ਕਰਨ ਵਾਲੀਆਂ ਸ਼ਕਤੀਆਂ ਲਈ ਕਿਹੜਾ ਰੂਪਕ ਵਰਤਿਆ ਹੈ ਸ਼ਮਾਦਾਨ ਕਵੀ ਦੇ ਚੁੱਪ ਰਹਿਣ ਦੇ ਤੇ ਰੂਹਾਂ ਬਣ ਕੇ ਕੌਣ ਟਟਕਦੇ ਰਹਿਣਗੇ ਕਵੀ ਦੇ ਦੋਸਤ ਵਿਦੇਸ਼ਾਂ ਤੋਂ ਵਾਪਸ ਪਰਤਣ ਵਾਲੇ ਕਿਹੋ ਜਿਹੇ ਅੱਗ ਸੇਕਣਗੇ ਨਿਰਾਸ਼ਤਾ ਦੀ ਅੱਗ ਅਦਾਲਤਾਂ ਵਿੱਚ ਫੈਸਲੇ ਕੀ ਕਿੱਦਾਂ ਦੇ ਹੁੰਦੇ ਹਨ ਲੰਮਕਦੇ ਰਹਿੰਦੇ ਹਨ ਕੌਣ ਮਰਨ ਕੰਡੇ ਪਈ ਮਾਂ ਕੋਲ ਨਹੀਂ ਆ ਸਕਦੇ ਵਿਦੇਸ਼ਾਂ ਵਿੱਚ ਗਏ ਲੋਕ ਕਵੀ ਅਨੁਸਾਰ ਕਿਹੜੇ ਹਰਫ ਹਮੇਸ਼ਾ ਲਿਖੇ ਰਹਿਣਗੇ ਇਨਕਲਾਬੀਆਂ ਦੁਆਰਾ ਲਿਖੇ ਹੋਏ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਇਸ ਦੀ ਸੂਰ ਕਿ ਹੋ ਜੀ ਹੈ ਕੁਝ ਕਿਹਾ ਤਾਂ ਹਨੇਰਾ ਚਰੇਗਾ ਕਿਵੇਂ ਇੱਕ ਤਰ੍ਹਾਂ ਨਾਲ ਸਮਾਜ ਨੂੰ ਵੰਗਾਰ ਰਹੇ ਨੇ ਉਹ ਆਪਣੀ ਕਵਤਾ ਆਪਣੀ ਗਜ਼ਲ ਦੇ ਰਾਹੀਂ ਵੀ ਜਿਹੜੇ ਸਿਆਸੀ ਲੀਡਰ ਨੇ ਉਹ ਇਨਸਾਫ ਨਹੀਂ ਕਰ ਰਹੇ ਸਮਾਜ ਨੂੰ ਬਦਲਣਾ ਜ਼ਰੂਰੀ ਹੈ ਠੀਕ ਹੈ ਨਾ ਜੋਕੇ ਸਮਾਜ ਬਾਰੇ ਉਹਨਾਂ ਨੇ ਸਚਾਈ ਪਰਕਟ ਕੀਤੀ ਹੈ ਬੱਚੋ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਸੁਣਿਆ ਕਰੋਗੇ ਸੁਰਜੀਤ ਪਾਤਰ ਜੀ ਨੂੰ ਆਪਣੇ ਸਮਾਜ ਦੇ ਵਿੱਚ ਕੀ ਹੋ ਰਿਹਾ ਬੱਚਿਓ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਠੀਕ ਹੈ ਤਾਂ ਹੀ ਤੁਸੀਂ ਸਮਾਜ ਨੂੰ ਬਦਲ ਸਕਦੇ ਹੋ ਗਾਇਆ ਕਰੋ ਬਹੁਤ ਸੋਹਣਾ ਲਿਖਦੇ ਨੇ ਸੁਰਜੀਤ ਪਾਤਰ ਜੀ ਆਪਣਾ ਪੰਜਾਬੀ ਸਾਹਿਤ ਬਹੁਤ ਅਮੀਰ ਹੈ ਬੱਚਿਓ ਠੀਕ ਹੈ ਕਦਰ ਕਰੋ ਇਸ ਦੀ ਤੇ ਸੁਣਨ ਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ